ਉਹ ਵੀ ਖੋਲੋ ਜੀ, ਉਹ ਬੋਰੀ ਖੋਲੋ, ਮੈਰੀ ਟ੍ਰੇਡਿੰਗ ਕੰਪਨੀ। ਤੇ ਕਣਕ ਦੀਆਂ ਬੋਰੀਆਂ ਵਿੱਚੋਂ ਵੱਡੇ ਵੱਡੇ ਪੱਥਰ ਮਿਲੇ ਨੇ ਜਿਨ੍ਹਾਂ ਨੂੰ ਕਿ ਬੋਰੀਆਂ 'ਚ ਵਜ਼ਨ ਵਧਾਉਣ ਲਈ ਵਰਤਿਆ ਜਾ ਰਿਹਾ ਸੀ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਅਧਿਕਾਰੀ ਬੋਰੀ ਨੂੰ ਖੋਲ੍ਹ ਕੇ ਚੈੱਕ ਕਰਦੇ ਨੇ ਤਾਂ ਉਸ ਵਿੱਚ ਘੱਟੋ ਘੱਟ 8-9 ਕਿਲੋ ਦਾ ਪੱਥਰ ਮਿਲਦਾ ਹੈ, ਜਿਸ ਤੋਂ ਬਾਅਦ ਅਧਿਕਾਰੀ ਹੋਰ ਬੋਰੀਆਂ ਦੀ ਜਾਂਚ ਦੇ ਹੁਕਮ ਦਿੰਦੇ ਨੇ। ਬਾਕੀ ਬੋਰੀ ਨੇ ਚੈੱਕ ਕਰੋ, ਪੱਥਰ ਆ ਬਈ ਇਹਦਾ ਖੇਡੀ ਬਣਾਏ ਦਾ ਪੱਕਾ ਕੇਸ ਆ। ਉਹ ਵੀ ਖੋਲੋ ਜੀ, ਉਹ ਬੋਰੀ ਖੋਲੋ, ਮੈਰੀ ਟ੍ਰੇਡਿੰਗ ਕੰਪਨੀ। ਮੈਰੀ ਟ੍ਰੇਡਿੰਗ ਕੰਪਨੀ ਘੱਗਾ, ਕੱਢੋ ਯਾਰ, ਚੜੋ ਉੱਪਰ, ਮੈਰੀ ਟ੍ਰੇਡਿੰਗ ਕੰਪਨੀ ਦੇ ਕਿੰਨੀ ਗੱਡੀਆਂ ਨੇ ਅੱਜ? ਫੇਰੇ ਘੱਟਾ ਘੱਟਾ ਬਾਬੂ ਨੂੰ ਬੁਲਾ ਲਿਓ ਪਹਿਲਾਂ, ਬੁਲਾਣੇ ਫੇਰੇ ਘੱਟਾ ਬੁਲਾ, ਕੋਈ ਠੀਕ ਹੈ ਠੀਕ ਹੈ ਠੀਕ ਹੈ, ਬੁਲਾ ਲੈਣੇ। ਤੇ ਤਸਵੀਰਾਂ ਪਟਿਆਲਾ ਦੇ ਪਾਤਰਾ 'ਚ ਪੈਂਦੇ ਘੱਗਾ ਦੀਆਂ ਨੇ, ਜਿੱਥੋਂ ਦੀ ਇੱਕ ਟ੍ਰੇਡਿੰਗ ਕੰਪਨੀ ਤੇ ਕਣਕ ਦੀਆਂ ਬੋਰੀਆਂ 'ਚ ਕਪੜੇ ਦੇ ਇਲਜ਼ਾਮ ਲੱਗੇ ਨੇ। ਦਰਅਸਲ ਪੰਜਾਬ ਮੰਡੀ ਬੋਰਡ ਦਾ ਇੱਕ ਅਧਿਕਾਰੀ ਕਣਕ ਦੀ ਲਿਫਟਿੰਗ ਸਮੇਂ ਚੈਕਿੰਗ ਕਰਨ ਪਹੁੰਚਿਆ ਸੀ, ਜਿਸ ਨੂੰ ਬੋਰੀਆਂ 'ਚ ਕਣਕ ਦੀ ਭਰਾਈ ਦੇਖ ਕੇ ਸ਼ੱਕ ਹੋਇਆ, ਜਿਸ ਤੋਂ ਬਾਅਦ ਅਧਿਕਾਰੀ ਨੇ ਬੋਰੀ ਖੋਲ੍ਹਣ ਦੇ ਹੁਕਮ ਦਿੱਤੇ। ਅਤੇ ਜਿਵੇਂ ਹੀ ਪੱਲੇਦਾਰਾਂ ਵੱਲੋਂ ਬੋਰੀ ਨੂੰ ਖੋਲ੍ਹਿਆ ਗਿਆ ਤਾਂ ਪਾਇਆ ਕਿ ਉਸ ਵਿੱਚ ਵੱਡਾ ਪੱਥਰ ਰੱਖਿਆ ਗਿਆ, ਜਿਸ ਤੋਂ ਬਾਅਦ ਅਧਿਕਾਰੀ ਨੇ ਦੂਜੀਆਂ ਬੋਰੀਆਂ ਨੂੰ ਖੋਲ੍ਹਣ ਦੇ ਹੁਕਮ ਦਿੱਤੇ। ਚੜ ਕੇ ਬਾਕੀ ਬੋਰੀ ਨੇ ਚੈੱਕ ਕਰੋ, ਪੱਥਰ ਆ ਬਈ ਇਹਦਾ ਖੇਡੀ ਬਣਾਏ ਦਾ ਪੱਕਾ ਕੇਸ ਆ। ਉਹ ਵੀ ਖੋਲੋ ਜੀ, ਉਹ ਬੋਰੀ ਖੋਲੋ, ਮੈਰੀ ਟ੍ਰੇਡਿੰਗ ਕੰਪਨੀ। ਮੈਰੀ ਟ੍ਰੇਡਿੰਗ ਕੰਪਨੀ ਘੱਗਾ, ਕੱਢੋ ਯਾਰ, ਚੜੋ ਉੱਪਰ, ਮੈਰੀ ਟ੍ਰੇਡਿੰਗ ਕੰਪਨੀ ਦੇ ਕਿੰਨੀ ਗੱਡੀਆਂ ਨੇ ਅੱਜ? ਫੇਰੇ ਘੱਟਾ ਘੱਟਾ ਬਾਬੂ ਨੂੰ ਬੁਲਾ ਲਿਓ ਪਹਿਲਾਂ, ਬੁਲਾਣੇ ਉਹ ਘੱਟਾ ਫੇਰੇ ਘੱਟਾ ਬੁਲਾਣੇ, ਕੋਈ ਠੀਕ ਹੈ ਠੀਕ ਹੈ ਠੀਕ ਹੈ, ਬੁਲਾ ਲੈਣੇ। ਤੇ ਉਧਰੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਾਤੜਾਂ ਦੇ ਉਪ ਮੰਡਲ ਮੈਜਿਸਟ੍ਰੇਟ ਰਵਿੰਦਰ ਸਿੰਘ ਹਰਕਤ 'ਚ ਆਏ ਨੇ, ਜਿਨ੍ਹਾਂ ਨੇ ਕਿ ਕਾਰਵਾਈ ਕਰਦਿਆਂ ਇਸ ਟ੍ਰੇਡਿੰਗ ਕੰਪਨੀ ਦਾ ਲਾਇਸੈਂਸ 15 ਦਿਨ ਲਈ ਮੁਅੱਤਲ ਕਰ ਦਿੱਤਾ ਹੈ। ਤਾਂ ਸਾਫ਼ ਇਹ ਕਿ ਕਣਕ ਦੀਆਂ ਬੋਰੀਆਂ 'ਚ ਗੜਬੜੀ ਕੀਤੀ ਜਾ ਰਹੀ ਸੀ, ਪਰ ਸਵਾਲ ਇਹ ਵੀ ਹੈ ਕਿ ਇਸ ਕੰਪਨੀ ਦਾ ਲਾਇਸੈਂਸ ਪੱਕੇ ਤੌਰ 'ਤੇ ਰੱਦ ਕਿਉਂ ਨਹੀਂ ਕੀਤਾ ਗਿਆ? ਕੀ ਇਹ ਕੋਈ ਛੋਟਾ ਮੋਟਾ ਘੁਟਾਲਾ ਸੀ ਜਾਂ ਫਿਰ ਪ੍ਰਸ਼ਾਸਨ ਹਾਲੇ ਕਿਸੇ ਵੱਡੇ ਘੁਟਾਲੇ ਦੀ ਆਸ ਵਿੱਚ ਬੈਠਾ ਹੈ? ਕਿਉਂਕਿ ਅੰਤ 'ਚ ਆ ਕੇ ਚੁੰਨਾ ਤਾਂ ਲੋਕਾਂ ਅਤੇ ਸਰਕਾਰ ਦੇ ਖਜ਼ਾਨੇ ਨੂੰ ਹੀ ਲੱਗ ਰਿਹਾ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।